ਇਹਦੇ 'ਚ ਰੱਖੀ ਹੈ ਜੀ ਕਿ ਜੇ ਇਹ ਮਿਸਟਰ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆ ਜਾਂਦੇ ਹੈ ਅਤੇ ਉਹਨਾਂ ਨੇ 60,000 ਸਿੱਖ ਅਤੇ ਹਰਿਆਣਵੀ ਜ਼ਿਮੀਦਾਰ ਗੁਜਰਾਤ ਦੇ ਵਿੱਚੋਂ ਨਜਾਇਜ਼ ਤੌਰ 'ਤੇ ਉੱਥੇ ਬੇਦਖਲ ਕਰਤੇ ਆ ਅਤੇ ਸੰਨ 2002 ਦੇ ਵਿੱਚ ਉਹਨਾਂ ਨੇ ਅਤੇ ਉਹਨਾਂ ਦੀ ਸਰਕਾਰ ਨੇ 2000 ਤੋਂ ਜ਼ਿਆਦਾ ਮੁਸਲਮਾਨ ਉਹਨਾਂ ਦੀ ਕਤਲੇਆਮ ਕਰਤੀ ਸੀ ਅਤੇ ਜਿਹੜੀਆਂ ਮੁਸਲਮਾਨ ਬੀਬੀਆਂ ਸੀ ਉਹਨਾਂ ਦਾ ਜਬਰ ਜਨਾਹ ਕਰਾਇਆ ਅਤੇ ਜਿਵੇਂ ਹੁਣ ਤੁਸੀਂ ਵੀਡੀਓ ਖਿੱਚ ਰਹੇ ਹੋ ਉਸ ਤਰ੍ਹਾਂ ਜਬਰ ਜਨਾਹ ਹੁੰਦੇ ਆ ਉਹਨਾਂ ਨੇ ਉਹਨਾਂ ਦਾ ਵੀਡੀਓਗ੍ਰਾਫਿੰਗ ਕੀਤੀ ਅਤੇ ਇਹੋ ਜਿਹਾ ਬੰਦਾ ਜਿਸ ਨੇ ਬਦਅਮਨੀ ਫੈਲਾ ਦਿੱਤੀ ਹੋਵੇ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਹੋਣ ਕਿ ਮੈਂ ਕਿਸਾਨਾਂ ਦਾ ਲੀਡਰ ਹੈ ਇਹ ਤਾਂ ਬਹੁਤ ਬਦਨਾਮੀ ਦੀ ਗੱਲ ਹੈ ਕਿ ਇਹੋ ਜਿਹਾ ਬੰਦਾ ਬਾਰਡਰ ਸਟੇਟ ਪੰਜਾਬ ਦੇ ਵਿੱਚ ਆ ਜਾਵੇ ਜਿੱਥੇ ਅੱਜ ਦੀ ਘੜੀ ਅਮਨ ਹੈ ਅਤੇ ਉਸ ਦੇ ਲਈ ਫਤਿਹ ਰੈਡੀ ਕਰਦੇ ਹੋਣ ਅਤੇ 7,500 ਬੱਸਾਂ ਵਿਚਾਰੇ ਗਰੀਬਾਂ ਦੀਆਂ ਜ਼ਬਤ ਕਰਕੇ ਅਤੇ ਉਹ ਲੈ ਕੇ ਜਾ ਰਹੇ ਅਸੀਂ ਗਵਰਨਰ ਸਾਹਿਬ ਨੂੰ ਕਿਹਾ ਕਿ ਇਹ ਸਾਰੀ ਜਿਹੜੀ ਕਰਪਸ਼ਨ ਹੈ ਲੰਗਰਾਂ ਦੇ ਵਿੱਚੋਂ ਰਾਸ਼ਨ ਜਾਣਗੇ ਲੰਗਰ ਜਾਣਗੇ ਜਦਕਿ ਮਰਿਆਦਾ ਸਿੱਖਾਂ ਦੀ ਹੈਗੀ ਹੈ ਕਿ ਲੰਗਰ ਸਿਰਫ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਆਪਾਂ ਪੰਗਤ ਦੇ ਵਿੱਚ ਛੱਡ ਸਕਦੇ ਅਤੇ ਫਿਰ ਜਿਹੜੀ ਸਮਗਲਿੰਗ ਹੋ ਰਹੀ ਹੈ ਮੁਫਤ ਵੀ ਉਹਨਾਂ ਨੂੰ ਸ਼ਰਾਬ ਪਿਆਉਣਗੇ ਹੈਰੋਇਨ ਸਮੈਕ ਸਾਰਾ ਕੁਛ ਹੋਊਗਾ ਅਤੇ ਇਹ ਤਾਂ ਸਾਰੇ ਟੈਲੀਵਿਜ਼ਨਸ ਨੂੰ ਉੱਥੇ ਜਾਣਾ ਚਾਹੀਦਾ ਹੈ ਪਰ ਅਫਸੋਸ ਹੈ ਕਿ ਟੈਲੀਵਿਜ਼ਨ 'ਤੇ ਜਿੰਨੀ ਪ੍ਰੈਸ ਹੈ ਉਹ ਵੀ ਬਾਦਲ ਸਾਹਿਬ ਨੇ ਆਪਣੇ ਕਬਜ਼ੇ 'ਚ ਕਰਤੀ ਹੈ ਸੁਖਬੀਰ ਅਤੇ ਉਹਨਾਂ ਦੇ ਸਾਲਾ ਸਾਹਿਬ ਨੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਲਿਖੀਆਂ ਆਹ ਗੁਜਰਾਤ ਦੇ ਜ਼ਿਮੀਦਾਰ ਆਏ ਹੋਏ ਆ ਵਿਚਾਰੇ ਇਹਨਾਂ ਦੇ 420 ਕਿੱਲੇ ਸੀਗੇ ਉਹ ਵੀ ਨਜਾਇਜ਼ ਇਹਨਾਂ ਦੇ 400 ਨਰਿੰਦਰ ਮੋਦੀ ਨੇ ਗਲਤ ਐਫੀਡੇਵਿਟ ਦੇ ਕੇ ਇਹਨਾਂ ਕੋਲ ਸਿਰਫ ਹੁਣ 20 ਕਿੱਲੇ ਰਹਿ ਗਏ ਆ ਤਾਂ ਮੇਰਾ ਮਤਲਬ ਇਹੋ ਜਿਹੀ ਲੁੱਟ ਖਸੁੱਟ ਉੱਥੇ ਕਰਤੀ ਹੈ ਨਰਿੰਦਰ ਮੋਦੀ ਨੇ ਔਰ ਨਰਿੰਦਰ ਮੋਦੀ ਹਿੰਦੂ ਨੂੰ ਦਿਖਾਉਣਾ ਚਾਹੁੰਦਾ ਹੈ ਕਿ ਜਿਹੜੇ ਮੁਸਲਮਾਨ ਅਤੇ ਸਿੱਖ ਜਿਹੜੇ ਹਿੰਦੁਸਤਾਨ ਨੂੰ ਟਿਕਣ ਨਹੀਂ ਦਿੰਦੇ ਇਹਨਾਂ ਦੋਨਾਂ ਨੂੰ ਮੈਂ ਥੱਲੇ ਲਾਇਆ ਹੋਇਆ ਅਤੇ ਉਹ ਵੋਟ ਸਾਰੇ ਹਿੰਦੂ ਦੀ ਚਾਹੁੰਦਾ ਰੈਲੀ ਹੁੰਦੀ ਹੈ ਕੋਈ ਤੁਹਾਡਾ ਹੋਰ ਵੀ ਪ੍ਰੋਟੈਸਟ ਹੈ ਕੋਈ ਹੈ ਕੋਈ ਪ੍ਰੋਗਰਾਮ ਜਦੋਂ ਸਿੱਖ ਕੌਮ ਦੇ ਉੱਤੇ ਸੰਕਟ ਆਉਂਦਾ ਨਾ ਅਤੇ ਉੱਤੋਂ ਰੱਬ ਅਤੇ ਗੁਰੂ ਮਹਾਰਾਜ ਵੀ ਕੁਛ ਸਾਡੀ ਅਮਦਾਦ ਕਰ ਦਿੰਦੇ ਆ ਸਮਝੋ ਸੋ ਕੀ ਪਤਾ ਕੀ ਹੋਊਗਾ ਉੱਥੇ ਮਾਨ ਸਾਹਿਬ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੁਹਾਡੀ ਪਾਰਟੀ ਇਸ ਨਾਲ ਸਮਝੌਤਾ ਕਰੂਗੀ ਜਾਂ ਤੁਸੀਂ ਇਕੱਲੇ ਤੌਰ 'ਤੇ ਲੜੇਗੇ ਚਲੋ ਉਹ ਤਾਂ ਆਪਾਂ ਲੜਾਂਗੇ ਫਿਰ ਇਹ ਸਾਰਾ ਕੁਛ ਕਰਾਂਗੇ ਕਿਸੇ ਨਾਲ ਕੋਈ ਕਟਫਰੰਡ ਵੀ ਜਿਹੜਾ ਹਮਖਿਆਲੀ ਖਾਲਿਸਤਾਨ ਨੂੰ ਬੁਰਾ ਨਹੀਂ ਸਮਝੂਗਾ ਉਹਦੇ ਨਾਲ ਸਮਝੌਤਾ ਹੋ ਸਕਦਾ ਪ੍ਰਧਾਨ ਸਾਹਿਬ ਮਾਡਾ ਸਾਹਿਬ ਬੈਠੋ ਬੈਠੋ